ਸਾਡੇ ਕੋ ਦੋ ਦਿਨ ਪਹਿਲਾਂ ਹੀ ਸ਼ਿਕਾਇਤਾਂ ਆਈਆਂ ਕਿ ਮਤਲਬ ਜਿਹੜੀ ਗੁਲਾਬੀ ਸੁੰਡੀ ਆ ਨਜ਼ਮੇ ਤੇ ਉਹਦਾ ਵਾਰ ਸ਼ੁਰੂ ਹੋ ਗਿਆ ਸਾਰੇ ਪੰਜਾਬ ਦੀ ਜਿਹੜੇ 6 ਜ਼ਿਲ੍ਹੇ ਆ ਕਾਟਨ ਵਾਲੇ ਉਹਨਾਂ ਵਿੱਚ 37 ਟੀਮਾਂ ਜਿਹੜੀਆਂ ਲਾਈਆਂ ਐਗਰੀਕਲਚਰ ਡਿਪਾਰਟਮੈਂਟ ਦੀ ਪੰਜਾਬ ਦੇ ਜਿੰਨੇ ਵੀ ਇਹ ਨਰਮਾ ਬੈਲਟ ਵਾਲੇ ਲੋਕ ਨੇ ਨਰਮਾ ਖੇਤੀ ਕਰਦੇ ਆ ਕਿਸੇ ਦੀ ਵੀ ਖੇਤੀ ਨੂੰ ਖਰਾਬ ਨਹੀਂ ਹੋਣ ਦੇਣਾ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਰਮਾਣਾ ਪੁੱਜੇ ਜਿੱਥੇ ਨਰਮੇ ਦੀ ਫਸਲ ਨੂੰ ਲੱਗੀ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਕਾਰਨ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸਾਨੂੰ 2 ਦਿਨ ਪਹਿਲਾਂ ਹੀ ਮੁੱਖ ਮੰਤਰੀ ਦੇ ਜ਼ਰੀਏ ਪਤਾ ਲੱਗਾ ਕਿ ਕਿਸਾਨਾਂ ਦੀ ਨਰਮੇ ਦੀ ਫਸਲ 'ਤੇ ਕਿਸੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਨਾਲ ਹਮਲਾ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਹਨ ਕਿ ਨਰਮਾ ਪੱਟੀ ਦੇ ਕਿਸਾਨਾਂ ਦੇ ਨਰਮੇ ਨੂੰ ਅਸੀਂ ਖਰਾਬ ਨਹੀਂ ਜਾਣ ਦਿਆਂਗੇ ਸਾਡੀ ਸਰਕਾਰ ਕਿਸਾਨਾਂ ਦੇ ਨਾਲ ਚਟਾਨ ਵਾਂਗ ਖੜੀ ਹੈ ਕਿਸੇ ਵੀ ਕਿਸਾਨ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸਾਡੇ ਕੋਲ 2 ਦਿਨ ਪਹਿਲਾਂ ਹੀ ਸ਼ਿਕਾਇਤਾਂ ਆਈਆਂ ਕਿ ਮਤਲਬ ਜਿਹੜੀ ਗੁਲਾਬੀ ਸੁੰਡੀ ਆ ਨਰਮੇ 'ਤੇ ਉਹਦਾ ਵਾਰ ਸ਼ੁਰੂ ਹੋ ਗਿਆ ਸੋ ਅੱਜ ਅਸੀਂ ਸਾਰੇ ਪੰਜਾਬ ਦੀਆਂ ਜਿਹੜੇ 6 ਜ਼ਿਲ੍ਹੇ ਆ ਕਾਟਨ ਵਾਲੇ ਉਹਨਾਂ ਵਿੱਚ 37 ਟੀਮਾਂ ਜਿਹੜੀਆਂ ਲਾਈਆਂ ਐਗਰੀਕਲਚਰ ਡਿਪਾਰਟਮੈਂਟ ਦੀਆਂ ਸਾਰੇ ਅਧਿਕਾਰੀ ਸਾਡੇ ਡਾਇਰੈਕਟਰ ਸਾਡੇ ਪ੍ਰਿੰਸੀਪਲ ਸੈਕਟਰੀ ਸਾਡੇ ਜੁਆਇੰਟ ਡਾਇਰੈਕਟਰ ਜਿੰਨਾ ਵੀ ਸਾਡੇ ਮਹਿਕਮੇ ਦੇ ਜਿੰਨੇ ਵੀ ਅਧਿਕਾਰੀ ਨੇ ਸਾਰਿਆਂ ਨੂੰ ਇਹ ਜਿਹੜੇ 6 ਜ਼ਿਲ੍ਹੇ ਆ ਜਿੱਥੇ ਸਾਡੇ ਕਿਸਾਨ ਭਰਾ ਨਰਮੇ ਦੀ ਫਸਲ ਜਿਹੜੀ ਬੀਜਦੇ ਆ ਨਰਮੇ ਦੇ ਇਸ ਗੁਲਾਬੀ ਸੁੰਡੀ ਅਤੇ ਵਾਈਟ ਜਿਹੜਾ ਹੁਣੇ ਹੀ ਤੁਸੀਂ ਦਿਖਾਇਆ ਕਿ ਚਿੱਟਾ ਮੱਛਰ ਜਿਹੜਾ ਉਹ ਜਿਹੜਾ ਬਹੁਤ ਜ਼ਿਆਦਾ ਆ ਗਿਆ ਉਹਦੇ ਬਚਾਅ ਵਾਸਤੇ ਉਪਰਾਲੇ ਜਿਹੜੇ ਸ਼ੁਰੂ ਕੀਤੇ ਆ ਤਾਂ ਹੀ ਮੈਂ ਖੁਦ ਅੱਜ ਮਤਲਬ ਆਇਆ ਇਸ ਪਿੰਡ ਦੇ ਵਿੱਚ ਪਹਿਲਾਂ ਵੀ ਮਤਲਬ ਅੱਗੇ ਵੀ ਮਤਲਬ ਜਿਹੜਾ ਹਮਲਾ ਹੋ ਚੁੱਕਾ ਕਦੀ ਕਿਸੇ ਮੱਖੀ ਦਾ ਹੋ ਜਾਂਦਾ ਕਦੀ ਕਿਸੇ ਮੱਖੀ ਦਾ ਹੋ ਜਾਂਦਾ ਸੋ ਅਸੀਂ ਮਾਨ ਸਾਹਿਬ ਦੀ ਸਰਕਾਰ ਦਾ ਉਪਰਾਲਾ ਕਿ ਪੰਜਾਬ ਦੇ ਜਿੰਨੇ ਵੀ ਇਹ ਨਰਮਾ ਬੈਲਟ ਵਾਲੇ ਲੋਕ ਨੇ ਨਰਮਾ ਖੇਤੀ ਕਰਦੇ ਆ ਕਿਸੇ ਦੀ ਵੀ ਖੇਤੀ ਨੂੰ ਖਰਾਬ ਨਹੀਂ ਹੋਣ ਦੇਣਾ ਹਰ ਸੰਭਵ ਕੋਸ਼ਿਸ਼ ਕਰਨੀ ਆ ਜਿਹੜੀਆਂ ਕੁਦਰਤੀ ਆਫਤਾਂ ਹੁੰਦੀਆਂ ਉਹਦੇ ਕਾਰਨ ਕਈ ਵਾਰ ਬੇਵੱਸ ਹੋ ਜਾਈਦਾ ਬਟ ਸਰਕਾਰ ਜਿਹੜੀ ਆ ਕਿਸਾਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜੀ ਆ ਮਾਨ ਸਾਹਿਬ ਦੀ ਸਰਕਾਰ ਕਿਸੇ ਵੀ ਕਿਸਾਨ ਦਾ ਨੁਕਸਾਨ ਨਹੀਂ ਹੋਣ ਦਊਗੀ ਹਰ ਹੀਲਾ ਕਰਾਂਗੇ ਸਾਰੇ ਅਫਸਰ ਇੱਥੇ ਬਹਿਣਗੇ ਜਿੰਨਾ ਚਿਰ ਤੱਕ ਨਰਮੇ ਦੀ ਫਸਲ ਤਿਆਰ ਹੋ ਕੇ ਮੰਡੀ 'ਚ ਨਹੀਂ ਆ ਜਾਂਦੀ ਅਸੀਂ ਨਰਮਾ ਬਚਾਉਣ ਲਈ ਹਰ ਹੀਲਾ ਕਰਾਂਗੇ ਕਿਉਂਕਿ ਕਿਸਾਨ ਪਹਿਲਾਂ ਹੀ ਬਹੁਤ ਦੁਖੀ ਹੈ ਪੰਜਾਬ ਦੇ ਕਿਸਾਨ ਦੀ ਪਹਿਲਾਂ ਹੀ ਬਹੁਤ ਮਾੜੀ ਹਾਲਤ ਹੈ ਮੈਂ ਖੁਦ ਇੱਕ 5 ਕਿੱਲਿਆਂ ਵਾਲਾ ਮਾਲਕ ਹੈ ਇੱਕ ਸਧਾਰਨ ਕਿਸਾਨ ਦਾ ਪੁੱਤ ਹੈ ਮੈਨੂੰ ਪਤਾ ਹੈ ਕਿ ਛੋਟਾ ਕਿਸਾਨ ਚਾਹੇ ਵੱਡਾ ਕਿਸਾਨ ਜੇ ਉਹਦੀ ਫਸਲ ਕਿਤੇ ਕੁਦਰਤੀ ਆਫਤ ਦੇ ਵਿੱਚ ਖਰਾਬ ਹੋ ਜਾਂਦੀ ਹੈ ਉਹਦੇ ਨਾਲ ਕੀ ਕੁਛ ਬੀਤਦਾ ਹੈ ਉਹ ਕਿੰਨਾ ਨੁਕਸਾਨ ਹੋ ਜਾਂਦਾ ਉਹ ਵਿਚਾਰੇ ਦਾ ਘਰ ਦਾ ਕਿੰਨਾ ਨੁਕਸਾਨ ਹੋ ਜਾਂਦਾ ਸੋ ਮੈਂ ਇਸੇ ਕਰਕੇ ਆਇਆ ਆਪਣੇ ਕਿਸਾਨ ਭਰਾਵਾਂ ਨੂੰ ਵਿਸ਼ਵਾਸ ਦਿਵਾਉਣ ਆਇਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜੀ ਹੈ ਔਰ ਅਸੀਂ ਤੁਹਾਡਾ ਨੁਕਸਾਨ ਨਹੀਂ ਹੋਣ ਦਿਆਂਗੇ ਮੈਂ ਦੇਖਣਾ ਆ ਇੱਥੇ ਵੀ ਹੋਰ ਪਿੰਡਾਂ ਦੇ ਵਿੱਚ ਵੀ ਜਾਣਾ ਖੁਦ ਦੇਖ ਕੇ ਮਾਨ ਸਾਹਿਬ ਨੂੰ ਸੀਐਮ ਸਾਹਿਬ ਨੂੰ ਜਿਹੜੀ ਰਿਪੋਰਟ ਦੇਣੀ ਫਿਲਹਾਲ ਕੀ ਲੈਵਲ ਹੈ ਧਾਲੀਵਾਲ ਸਾਹਿਬ ਜਿਹੜਾ ਪੀਲੀ ਸੁੰਡੀ ਦੀ ਗੱਲ ਕਰ ਰਹੇ ਹੋ ਪਿੰਕ ਵਾਲਾ ਨਹੀਂ ਅਧਿਕਾਰੀਆਂ ਦੀ ਕੋਈ ਅਧਿਕਾਰੀ ਲੱਗੇ ਆ 1:30 ਵਜੇ ਸਾਰੀਆਂ ਟੀਮਾਂ 37 ਦੀਆਂ 37 ਟੀਮਾਂ ਜਿਹੜੀਆਂ ਬਠਿੰਡੇ 'ਚ ਇਕੱਠੀਆਂ ਹੋ ਜਾਣਗੀਆਂ ਸਭ ਆ ਕੇ ਰਿਪੋਰਟ ਦੇਣਗੇ ਕਿ ਕਿੱਥੇ ਕਿੱਥੇ ਕੀ ਪ੍ਰੋਬਲਮ ਹੈ ਉਹਦੇ ਹਿਸਾਬ ਨਾਲ ਅਸੀਂ ਆਪਣੀ ਰਣਨੀਤੀ ਬਣਾਵਾਂਗੇ ਕਿ ਇਹਦੇ ਨਾਲ ਕਿੱਦਾਂ ਮਤਲਬ ਜਿਹੜਾ ਫਾਈਟ ਕਰਨਾ ਸੋ 1:30 ਵਜੇ ਮੈਂ ਤੁਹਾਨੂੰ ਦੱਸੂਗਾ ਕਿ ਕੀ ਕੀ ਅਸਲ ਦੇ ਵਿੱਚ ਸਾਰੀ ਜਿਹੜੀ ਪੋਜੀਸ਼ਨ ਆ ਅਜੇ ਆਪਾਂ ਚੈੱਕ ਕਰ ਨਹੀਂ ਉਹ ਬੜੀ ਦੁਖਦ ਗੱਲ ਹੈ ਕਿ ਜੇ ਬਾਅਦ ਤਾਂ ਨੁਕਸਾਨ ਇਹਦਾ ਮਤਲਬ ਕਿ ਕਿਸਾਨ ਦਾ ਨੁਕਸਾਨ ਹੋ ਗਿਆ ਆਪਾਂ ਜਿਹੜੀ ਫਸਟ ਜਿਹੜੀ ਪਹਿਲਾਂ ਰਿਪੋਰਟ ਤਿਆਰ ਕਰਾਂਗੇ ਫਿਰ ਅਗਲਾ ਸਟੈਪ ਚੁੱਕਾਂਗੇ ਕਿ ਕੀ ਮੁਆਵਜ਼ਾ ਦੇਣਾ ਕੀ ਕਰਨਾ ਪਰ ਪਹਿਲਾਂ ਸਾਨੂੰ ਪਤਾ ਹੋਵੇ ਕਿ ਗੱਲ ਕੀ ਆ ਤੇ ਨੁਕਸਾਨ ਕਿੰਨਾ ਹੋਇਆ ਵਾਈਟ ਫਲਾਈ ਦੇ ਕੇਸਿਸ ਵੀ ਆਏ ਨੇ ਧਾਲੀਵਾਲ ਸਾਹਿਬ ਜਿਹੜਾ ਚਿੱਟੇ ਮੱਛਰ ਦੀ ਗੱਲ ਹਾਂਜੀ ਹਾਂਜੀ ਚਿੱਟਾ ਮੱਛਰ ਜਿਹੜਾ ਬਹੁਤ ਆ ਗਿਆ ਅੱਜ ਜਿੱਥੇ ਆਪਾਂ ਖੜੇ ਹਾਂ ਤੁਸੀਂ ਵੀ ਦੇਖਿਆ ਮੇਰੇ ਨਾਲ ਇੱਕ ਇੱਕ ਪੌਦੇ ਦੇ ਉੱਤੇ ਸੈਂਕੜੇ ਮਤਲਬ ਵਾਈਟ ਫਲਾਈ ਜਿਹੜੀ ਆ ਉਹ ਸੈਂਕੜੇ ਉਹਦੇ ਮਤਲਬ ਚੀਜ਼ਾਂ ਜਿਹੜੀਆਂ ਦਿਸ ਰਹੀਆਂ
ਸੋ ਬਹੁਤ ਬਹੁਤ ਬੁਰੀ ਹਾਲਤ ਹੈ। ਅਸੀਂ ਅਸੀਂ ਡੇਢ ਵਜੇ ਤੁਹਾਨੂੰ ਦੱਸਾਂਗੇ। ਸਾਡੀਆਂ ਲੁਧਿਆਣਾ ਯੂਨੀਵਰਸਿਟੀ ਤੋਂ ਡਾਕਟਰ ਸਾਹਿਬ ਵੀ ਆਏ ਆ, ਸਾਡੇ ਆਪਣੇ ਮਾਹਰ ਖੇਤੀਬਾੜੀ ਮਾਹਰ ਸਾਰੇ ਆਏ ਆ। ਅਸੀਂ ਡੇਢ ਵਜੇ ਤੁਹਾਨੂੰ ਦੱਸਾਂਗੇ ਕਿ ਇਹ ਇਹਦਾ ਕਿਉਂ। ਕਿਸਾਨ ਕਹਿੰਦੇ ਨੇ ਕਿ ਨਕਲੀ ਬੀਜ ਜਿਹੜੀਆਂ ਨਕਲੀ ਦਵਾਈਆਂ ਉਹਨਾਂ ਦਾ ਬਹੁਤ ਭਰਮਾਰ ਹੈ, ਇਸੇ ਕਰਕੇ ਸਾਨੂੰ ਜਿਹੜੀ ਵੱਡੀ ਸਮੱਸਿਆ ਆਈ ਹੋਈ ਹੈ, ਇਹਨੂੰ ਕੋਈ ਰੋਕਥਾਮ ਨਹੀਂ ਹੋ ਰਹੀ। ਸਰ ਇਸੇ ਕਰਕੇ ਆਏ ਹਾਂ, ਵਿਕ ਗਿਆ ਜੋ ਕੋਈ ਨਕਲੀ ਮਾਲ ਵਿਕਣਾ ਸੀ ਇਹਨਾਂ ਇਲਾਕਿਆਂ ਦੇ ਵਿੱਚ। ਹੁਣ ਭਗਵੰਤ ਸਿੰਘ ਮਾਨ ਦੀ ਸਰਕਾਰ ਨਾ ਨਕਲੀ ਦਵਾਈਆਂ ਵੇਚਣ ਦੇਊਗੀ, ਨਾ ਨਕਲੀ ਬੀਜ ਵੇਚਣ ਦੇਗੇ, ਨਾ ਕੋਈ ਜਿਪਸਮ, ਨਾ ਕੋਈ ਖਾਦ। ਹਰ ਚੀਜ਼ 'ਤੇ ਕੰਟਰੋਲ ਕਰਾਂਗੇ, ਬਸ ਥੋੜ੍ਹਾ ਟਾਈਮ ਚਾਹੀਦਾ।